ਜ਼ਿਲ੍ਹਾ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਇੱਕ ਬੰਦ ਕੋਠੀ 'ਚੋਂ 500 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਸਮਗਲਿੰਗ ਜ਼ਰੀਏ ਸ਼ਰਾਬ ਦੀ ਇਹ ਵੱਡੀ ਖੇਪ ਅਰੁਣਾਚਲ ਪ੍ਰਦੇਸ਼ ਨੂੰ ਜਾਣ ਵਾਲੀ ਸੀ, ਜਦੋਂ ਕਿ ਐਕਸਾਈਜ਼ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੇ ਪਲ ਸਮੇਤ ਛਾਪੇਮਾਰੀ ਕਰਕੇ ਸਮਗਲਿੰਗ ਦੀ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਸਾਨੂੰ ਇਤਲਾਹ ਮਿਲੀ ਸੀ ਕਿ ਇਸ ਕੋਠੀ ਵਿੱਚ ਜਿਹੜਾ ਨਿਊ ਮਾਡਲ ਟਾਊਨ ਦਾ ਇਲਾਕਾ ਵਾ ਛਿਆਟੇ ਏਰੀਏ ਦਾ, ਇੱਥੇ 500 ਦੇ ਕਰੀਬ ਜਿਹੜੀ ਆ ਪੰਜਾਬ ਤੋਂ ਬਾਹਰ ਜਿਹੜੀ ਸੇਲ ਵਾਲੀ ਸ਼ਰਾਬ ਪਈ ਹੋਈ ਆ। ਇੱਥੇ ਆਉਂਦੇ ਜਦੋਂ ਇਹਨੂੰ ਕੋਠੀ ਨੂੰ ਖੁਲਵਾਇਆ ਗਿਆ ਅਤੇ ਅੱਗੇ ਇਸ ਲਾਸਟ ਕਮਰੇ ਵਿੱਚ ਸਾਨੂੰ ਜਦੋਂ ਖੋਲ੍ਹਿਆ ਗਿਆ ਤਾਂ ਇੱਥੇ 550 ਦੇ ਕਰੀਬ ਪੇਟੀ ਮਿਲੀ ਆ, ਜਿਸ ਦੀ ਐਗਜੈਕਟ ਗਿਣਤੀ ਅਸੀਂ ਕਰ ਰਹੇ ਹਾਂ, ਉਹ ਤੁਹਾਨੂੰ ਇਤਲਾਹ ਦੇ ਦਾਂਗੇ ਬਾਅਦ ਵਿੱਚ। ਇਹ ਜਿਹੜੀ ਸ਼ਰਾਬ ਆ ਇਹ ਫੋਰਸ ਸੇਲ ਇਹਨੇ ਅਰੁਣਾਚਲ ਆ, ਇਸ ਦੇ ਨਾਲ ਪੰਜਾਬ ਸਰਕਾਰ ਦੇ ਮਾਲੀ ਦਾ ਬਹੁਤ ਨੁਕਸਾਨ ਹੋ ਰਿਹਾ ਵਾ ਔਰ ਇਸ ਦੇ ਉੱਪਰ ਬਹੁਤ ਸਖ਼ਤ ਧਾਰਾਵਾਂ ਲੱਗਦੀਆਂ ਨੇ ਐਂਡ ਨੋਨ ਅਵੇਲੇਬਲ ਓਫੈਂਸ ਆ। ਇਸ ਦਾ ਹੁਣ ਅਸੀਂ ਕੋਠੀ ਜਿਹੜਾ ਮਾਲਕ ਆ ਉਸਨੂੰ ਬੁਲਾ ਲਿਆ ਵਾ, ਉਹ ਕਹਿ ਰਹੇ ਕਿ ਅਸੀਂ ਕੋਠੀ ਅੱਗੇ ਕਿਸੇ ਬੰਦੇ ਨੂੰ ਕਿਰਾਏ 'ਤੇ ਦਿੱਤੀ ਹੋਈ ਆ, ਉਸ ਦੀ ਪੜਤਾਲ ਕਰਕੇ ਫਿਰ ਅਗਲੀ ਜਿਹੜਾ ਵਾ ਕਾਰਵਾਈ ਕੀਤੀ ਜਾਵੇਗੀ, ਪਰਚਾ ਦਰਜ ਕੀਤਾ ਜਾਵੇਗਾ। ਇਸੇ ਪਰਪਜ਼ ਲਈ ਵੀ ਵਰਤ ਸਕਦੇ ਆ, ਇਲੈਕਸ਼ਨ ਲਈ ਵੀ ਵਰਤ ਸਕਦੇ, ਇਲੈਕਸ਼ਨ ਲਈ ਨਹੀਂ ਕਹਿ ਸਕਦੇ, ਬਟ ਇਹ ਕੀ ਆ ਕਿ ਉਧਰੋਂ ਸਸਤੀ ਲਿਆ ਕੇ ਅਤੇ ਇੱਧਰੋਂ ਮਹਿੰਗੀ ਵੇਚਣਾ ਅਤੇ ਪੰਜਾਬ ਸਰਕਾਰ ਦੇ ਮਾਲੀ ਨੂੰ ਨੁਕਸਾਨ ਕਰਨਾ ਕਿਸੇ ਪਰਪਜ਼ ਲਈ ਵੀ ਵੇਚਣ। ਨਹੀਂ, ਇਲਾਕਾ ਨਿਵਾਸੀਆਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਕਿ ਸਰ ਕਦੀ ਕੋਈ ਵੱਡੀ ਗੱਡੀ ਨਹੀਂ ਆਈ, ਛੋਟੀਆਂ ਛੋਟੀਆਂ ਗੱਡੀਆਂ ਆਉਂਦੀਆਂ, ਕਿਸੇ ਕਦੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਨਹੀਂ। ਪਰ ਜੋ ਵੀ ਸਾਡਾ ਤੇ ਮੋਟਿਵ ਇਹ ਹੈ ਕਿ ਅਸੀਂ ਪੰਜਾਬ ਸਰਕਾਰ ਦਾ ਰੈਵਨਿਊ ਦਾ ਨੁਕਸਾਨ ਆ ਉਸ ਨੂੰ ਰੋਕਣ ਲਈ ਜੋ ਵੀ ਉਪਰਾਲਾ ਕੀਤਾ ਜਾਵੇ ਕਰਾਂਗੇ। ਅਸੀਂ ਮਾਲ ਨੂੰ ਕਬਜ਼ੇ ਵਿੱਚ ਲੈ ਲਿਆ ਵਾ, ਹੁਣ DDR ਜਾ ਕੇ ਦਰਜ ਕਰਾਂਗੇ ਅਤੇ ਬਾਕੀ ਜਿਹੜਾ ਮਾਲਕ ਨੂੰ ਬੁਲਾ ਕੇ ਉਹਦੇ ਬਿਆਨਾਂ ਦੇ ਆਧਾਰ ਤੇ ਉਸਨੇ ਕਿਸ ਬੰਦੇ ਨੂੰ ਕੋਠੀ ਦਿੱਤੀ ਕਿਰਾਏ ਤੇ ਪਰਚਾ ਦਰਜ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਟੇਟ ਐਕਸਾਈਜ਼ ਡਾਇਰੈਕਟਰ ਗੁਰਤੇਜ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇੱਕ ਗਰੋਹ ਦੇ ਲੋਕ ਅੰਮ੍ਰਿਤਸਰ ਦੇ ਪੱਛਮੀ ਹਲਕੇ 'ਚ ਸ਼ਰਾਬ ਦੀ ਵੱਡੀ ਸਮਗਲਿੰਗ ਨੂੰ ਅੰਜਾਮ ਦੇ ਰਹੇ ਹਨ। ਇਸ ਵਿੱਚ ਚੰਡੀਗੜ੍ਹ ਤੋਂ ਬਣੀ ਸ਼ਰਾਬ ਨੂੰ ਅੰਮ੍ਰਿਤਸਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਵੀ ਭੇਜਿਆ ਜਾ ਰਿਹਾ, ਜਿਸ ਨਾਲ ਕਿ ਸਰਕਾਰ ਦੇ ਰੈਵਨਿਊ ਨੂੰ ਭਾਰੀ ਨੁਕਸਾਨ ਹੋ ਰਿਹਾ। ਲੇਕਿਨ ਜਿਸ ਬੰਦੇ ਨੇ ਬਿਆਨਾ ਲਿਆ ਕੋਠੀ ਨੇ ਜਿਹਦੇ ਗਾਂਹ ਮਾਲਕ ਨੇ ਵੇਚੀ ਆ, ਅੱਜ ਸਿਰਫ ਉਹਦੇ ਕੋਲ ਤਫਤੀਸ਼ ਕਰ ਰਹੇ ਵੀ ਕੋਠੀ ਹੈ ਕਿਹਦੀ ਆ। ਇਹ ਸਾਰੇ ਬੰਦਿਆਂ ਨੂੰ ਇਕੱਠਿਆਂ ਕਰਕੇ ਪਤਾ ਕਰਕੇ ਲੱਗੂ ਪਤਾ ਕਿ ਵੀ ਕਿਹਦੀ ਆ ਸ਼ਰਾਬ। ਇਹ ਮਾਲਕ ਹੈਗਾ ਜੇ ਹਾਂਜੀ, ਪਾਰਟੀ ਸਪੈਸ਼ਲ ਜੀ, ਇਹ ਨਵਾਂ ਕੋਈ ਮਾਲਕ ਆ, ਇਹ ਬਾਹਰ ਤਾਂ ਚੰਡੀਗੜ੍ਹ ਦਾ ਹੀ ਆ, ਇੱਥੋਂ ਦਾ ਨਹੀਂ ਹੈਗਾ। ਇਹ ਟੋਟਲ ਬਹੁਤ ਤਿੰਨ ਬ੍ਰਾਂਡ ਹੈਗੇ, ਤਿੰਨ ਜਾਂ ਚਾਰ ਬ੍ਰਾਂਡ ਹੋਣ ਹੋ ਸਕਦਾ ਭਾਈ, ਇਹ ਤਾਂ ਆਪਾਂ ਕਹਿ ਨਹੀਂ ਸਕਦੇ, ਲੇਕਿਨ ਹੋ ਸਕਦਾ ਜਿਹੜੀ ਇੰਨੀ ਮਤਲਬ ਖੁੱਲੀ ਇੰਨੀ ਜਮ੍ਹਾਂ ਕੀਤੀ ਗਈ ਜਿਹੜੀ ਇਹਦੇ ਵਿੱਚ ਹੋਈ ਸਕਦੀ, ਆਪਾਂ ਤਫਤੀਸ਼ ਕਰਕੇ ਭਾਈ ਕਿਹਦੀ ਹੋਊਗੀ ਤੇ ਪਰਚਾ ਦਿੱਤਾ ਜਾਊਗਾ। ਦੱਸ ਦਈਏ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਇਸ ਖੇਪ ਨੂੰ ਪੰਚਾਇਤੀ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ, ਇੰਡੀਆ ਲਿੰਕ।